ਹਾਂਜੀ ਅਮਨ ਖੁਰਮੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਕੋਈ ਸਾਥੀ ਦੋਸਤ ਮਿੱਤਰ ਕਿੰਨੇ ਕਨੇ ਸ਼ੁਰੂ ਕਰਦੇ ਆ ਫਿਰ ਆਪਾਂ ਅੱਜ ਦਾ ਸੈਸ਼ਨ ਆਪਣਾ ਤੇ ਹਾਂਜੀ ਚਲੋ ਅੱਜ ਦਾ ਸੈਸ਼ਨ ਫਿਰ ਆਪਾਂ ਸ਼ੁਰੂ ਕਰੀਏ ਜੀ ਆਪਣਾ ਹਾਂਜੀ ਸੰਦੀਪ ਕੌਰ ਜੀ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਇਹ ਗੁੱਡ ਆਫਟਰਨੂੰ ਜੀ ਸਚੀਨ ਗੇਮਿੰਗ ਐਨੀ ਡਿਸ ਹਾਂਜੀ ਤੁਸੀਂ ਕਾਲ ਕਰੋ ਜੀ ਬਿਲਕੁਲ ਤੁਸੀਂ ਕਾਲ ਕਰੋ ਤੇ ਤੁਹਾਨੂੰ ਸਾਰਾ ਕੁਝ ਮਿਲੇਗਾ ਡਿਸਕਾਊਂਟ ਵੀ ਮਿਲੇਗਾ ਸਾਰਾ ਕੁਝ ਮਿਲੇਗਾ ਤੁਸੀਂ ਕਾਲ ਕਰੋ ਸਭ ਕੁਝ ਹੋਏਗਾ ਠੀਕ ਹੈ ਜੀ ਡੋਨਟ ਵਰੀ ਤੇ ਐਸਵਾਈਐਲ ਵਾਲੀ ਵੀਡੀਓ ਦੇਖ ਲਈ ਜੀ ਈਸਟਰਨ ਗਾਰਡਸ ਚਲੋ ਸ਼ਾਬਾਸ਼ ਗੁੱਡ ਆਫਟਰਨੂੰ ਜੀ ਜੇਐਸ ਕੌਸ਼ਿਕ ਜੀ ਐਸਵਾਈਐਲ ਵਾਲੀ ਵੀਡੀਓ ਮੇਰੇ ਖਿਆਲ ਆਪਣੇ ਚੋਂ ਸਾਰੇ ਬੰਦਿਆਂ ਨੇ ਦੇਖ ਲਈ ਹੋएगी ਤੇ ਕਾਫੀ ਟਾਈਮ ਤੋਂ ਇਸ ਮਸਲੇ ਦੇ ਉੱਪਰ ਜਦੋਂ ਆਪਾਂ ਜੀਓਗ੍ਰਾਫੀ ਕਰਦੇ ਸੀਗੇ ਉਦੋਂ ਵੀ ਇਸ ਮਸਲੇ ਦੇ ਉੱਪਰ ਬਾਰ ਬਾਰ ਸਵਾਲ ਆਉਂਦਾ ਸੀਗਾ ਕਿ ਐਸਵਾਈਐਲ ਦੇ ਮਸਲੇ ਦਾ ਬੇਸਿਕਲੀ ਮਤਲਬ ਕੀ ਕਾਰਨ ਹੈ ਇਹਦਾ ਜਿਹੜਾ ਪਛੋਕੜ ਹੈ ਉਹ ਕੀ ਹੈ ਉਹ ਸਾਰੀ ਕੱਲ ਮੈਂ ਐਸਆਈਐਲ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਈ ਹੋਣੀ ਜਿਹਨੇ ਨਹੀਂ ਦੇਖੀ ਉਹ ਦੁਬਾਰੇ ਜਾ ਕੇ ਦੇਖ ਲਿਓ ਤੁਹਾਨੂੰ ਇਸ ਟਾਪਿਕ ਦੇ ਉੱਪਰ ਕਾਫੀ ਕਲੈਰਿਟੀ ਮਿਲ ਜੇਗੀ ਕਿ ਬੇਸਿਕਲੀ ਐਸਆਈਐਲ ਦਾ ਮਸਲਾ ਖੜਾ ਕਿਵੇਂ ਹੋਇਆ ਤੇ ਕੀ ਹੋ ਰਿਹਾ ਉਹਦੇ ਉੱਪਰ ਤੇ ਪ੍ਰੈਜ਼ੈਂਟ ਸਿਚੁਏਸ਼ਨ ਉਹਦੀ ਕੀ ਹੈ ਠੀਕ ਹੈ ਜੀ ਤੇ ਉਹ ਚੀਜ਼ ਆਪਾਂ ਦੇਖਦੇ ਹਾਂ ਤੇ ਪਹਿਲਾ ਕੁਐਸਚਨ ਹੈ ਆਪਣਾ ਵੈਲੀ ਕਾਂਡਾ ਗਰੁੱਪ ਆਫ ਲੋ ਹਿਲਸ ਇਜ਼ ਅ ਸਟਰਕਚਰਲ ਪਾਰਟ ਆਫ ਵਿਚ ਆਫ ਦੀ ਫੋਲੋਇੰਗ ਹਾਂਜੀ ਆਪਣਾ ਪਹਿਲਾ ਸਵਾਲ ਹੈ ਕਿ ਨੀਵੀਆਂ ਪਹਾੜੀਆਂ ਦਾ ਵੈਲੀ ਕੋਂਡਾ ਸਮੂਹ ਇਹਨਾਂ ਵਿੱਚੋਂ ਕਿਸ ਦਾ ਟਾਂਚਾਗਤ ਹਿੱਸਾ ਹੈ? ਹਾਂਜੀ। ਕਿਸ ਦਾ ਟਾਂਚਾਗਤ ਹਿੱਸਾ ਹੈ? ਨੀਲਗਿਰੀ ਹिल्स ਦਾ, ਵੈਸਟਰਨ ਘਾਟ ਦਾ, ਈਸਟਰਨ ਘਾਟ ਦਾ ਜਾਂ ਕੱਡਮਮ ਹिल्स ਦਾ? ਚਾਰਾਂ 'ਚੋਂ ਕਿਹਦਾ ਹਿੱਸਾ ਹੈ? ਵੈਲੀ ਕੋਂਡਾ ਗਰੁੱਪ ਜਿਹੜਾ ਲੋ ਹਿਲ ਗਰੁੱਪ ਹੈ, ਸਮੂਹ ਹੈ ਪਹਾੜੀਆਂ ਦਾ। ਹਾਂਜੀ। ਕੀ ਜਵਾਬ ਬਣੇਗਾ ਇਹਦਾ? ਕੀ ਆਨਸਰ ਹੈ? ਇਹਦਾ ਆਨਸਰ ਆਪਣੇ ਕੋਲ ਸੀ ਈਸਟਰਨ ਘਾਟ। ਈਸਟਰਨ ਘਾਟ ਬਿਲਕੁਲ ਜੀ ਅਮਨ ਈਸਟਰਨ ਕਾਟ ਨੈਕਸਟ ਵਿਚ ਆਫ ਦੀ ਫੋਲੋਇੰਗ ਹਿਲ ਸਟੇਸ਼ਨ ਇਜ਼ ਨੋਨ ਐਸ ਕਸ਼ਮੀਰ ਆਫ ਉਡੀਸਾ ਇਹਨਾਂ ਚੋ ਕਿਹੜੇ ਹਿਲ ਸਟੇਸ਼ਨ ਨੂੰ ਉਡੀਸਾ ਦਾ ਕਸ਼ਮੀਰ ਕਿਹਾ ਜਾਂਦਾ ਹੈ ਨੀਲਗਿਰੀ ਠੀਕ ਹੈ ਸੋਰੀ ਟੈਂਸਾ ਕਿਰੀਬੁਰੂ ਦਰਿੰਗਬੜੀ ਜਾਂ ਨਨ ਆਫ ਥੀਸ ਹਾਂਜੀ ਸੰਦੀਪ ਕੌਰ ਜੀ ਕਹਿ ਰਹੇ ਨੇ ਸੀ ਕਸ਼ਮੀਰ ਆਫ ਉਡੀਸਾ ਕਿਨੂੰ ਕਿਹਾ ਜਾਂਦਾ ਹੈ ਹਾਂਜੀ ਅੱਛਾ ਅੱਜ ਦਾ ਆਪਾਂ ਸਾਰੇ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਆ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਦਿਨ ਪੰਜਾਬ ਦੀ ਹਿਸਟਰੀ ਦੇ ਵਿੱਚ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਹਾਂਜੀ ਹਾਂਜੀ ਅੱਜ ਦਾ ਦਿਨ ਹੈ ਜਿਹੜਾ 10 ਤਰੀਕ ਦਾ ਜਿਹੜਾ ਦਿਨ ਹੈ ਅੱਜ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਹੈ ਹਾਂਜੀ ਸੰਦੀਪ ਕੌਰ ਅਮਨ ਖੁਰਮੀ ਜੇਐਸ ਕੌਸ਼ਿਕ ਜੀ ਸਚਿਨ ਗੇਮਿੰਗ ਅੱਜ ਦਾ ਦਿਨ ਕੁਐਸਚਨ ਤਾਂ ਚਲੋ ਆਪਾਂ ਦੇਖ ਲੈਂਦੇ ਕੋਈ ਨਾ ਅੱਜ ਦਾ ਜਿਹੜਾ ਦਿਨ ਹੈ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਹੈ ਹਾਂਜੀ ਅੱਜ ਦੇ ਦਿਨ ਸ਼ਾਮ ਸਿੰਘ ਔਟਾਰੀ ਵਾਲੇ ਦਾ ਨਾਮ ਹੈ ਸ਼ਾਮ ਸਿੰਘ ਔਟਾਰੀ ਵਾਲਾ ਅੱਜ ਦੇ ਦਿਨ ਜਿਹੜਾ ਸਿੱਖ ਰਾਜ ਦਾ ਝੰਡਾ ਹੈ ਉਹ ਹਮੇਸ਼ਾ ਵਾਸਤੇ ਅਸਤ ਹੋਇਆ ਸੀਗਾ 10 ਫਰਵਰੀ ਨੂੰ ਸ਼ਾਮ ਸਿੰਘ ਅਟਾਰੀ ਵਾਲਾ ਠੀਕ ਹੈ ਜੀ ਸ਼ਾਮ ਸਿੰਘ ਅਟਾਰੀ ਵਾਲੇ ਦੇ ਨਾਲ ਜੁੜਿਆ ਹੋਇਆ ਹੈ ਅੱਜ ਦਾ ਦਿਨ ਹੈ ਜਿਹੜਾ ਚਲੋ ਇਹਦਾ ਆਨਸਰ ਆਪਣੇ ਕੋਲ ਕੀ ਹੈ ਦਰਿੰਗਬੜੀ ਠੀਕ ਹੈ ਜੀ ਦਰਿੰਗਾਬੜੀ ਅਗਲਾ ਕੁਐਸਚਨ ਨੈਕਸਟ ਆਪਾਂ ਚਾਰ ਹਿਲ ਸਟੇਸ਼ਨ ਆ ਇੰਡੀਆ ਦੇ ਚਾਰ ਹਿਲ ਸਟੇਸ਼ਨਸ ਨੂੰ ਅਰੇਂਜ ਕਰਨਾ ਹੈ ਆਪਾਂ West to East ਵੈਸਟ ਟੂ ਈਸਟ ਅਰੇਂਜ ਕਰਨਾ ਹੈ ਚਾਰ ਹਿਲ ਸਟੇਸ਼ਨਸ ਨੂੰ ਅਰੇਂਜ ਕਰੋ ਕਿਹੜਾ ਕੀ ਤੋਂ ਬਾਅਦ ਆਏਗਾ ਚਾਰ ਹਿਲ ਸਟੇਸ਼ਨਸ ਨੇ ਚਾਰਾਂ ਨੂੰ ਅਰੇਂਜ ਕਰਨਾ ਹੈ ਵੈਸਟ ਟੂ ਈਸਟ ਕੁੱਲੂ ਸ਼ਿਲੋਂਗ ਰਾਣੀ ਖੇਤ ਤੇ ਦਾਰਜਲਿੰਗ ਚਾਰਾਂ ਨੂੰ ਅਰੇਂਜ ਕਰਨਾ ਹੈ ਅਰੇਂਜ ਕਰੋ ਇਹਨਾਂ ਨੂੰ ਠੀਕ ਹੈ ਜੀ ਅਰੇਂਜ ਕਰੋ ਕਿਵੇਂ ਆਣਗੇ ਕਿਹੜਾ ਪਹਿਲਾਂ ਆਏਗਾ ਕਿਹੜਾ ਬਾਅਦ ਚ ਆਏਗਾ ਬੈਟਲ ਆਫ ਸਭਰਾਉ ਬਿਲਕੁਲ ਜੀ ਇਹਦੇ ਵਿੱਚ ਨਾ ਇੱਕ ਬڑا ਮਸ਼ਹੂਰ ਸ਼ਾਇਰ ਸੀਗਾ ਕਾਦਰ ਯਾਰ ਉਹਨੇ ਸ਼ਾਮ ਸਿੰਘ ਘਟਾਰੀ ਵਾਲੇ ਦੇ ਬਾਰੇ ਬਹੁਤ ਸੋਹਣੀਆਂ ਸੋਹਣੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਠੀਕ ਹੈ ਕੁੱਲੂ ਸ਼ਿਲਾਉਂਗ ਰਾਣੀ ਖੇਤ ਦਾਰਜਲਿੰਗ ਇਹਦਾ ਆਨਸਰ ਜੀ 1 3 4 2 ਠੀਕ ਹੈ ਜੀ ਸਚਿਨ ਗੇਮਿੰਗ ਕਹਿੰਦੇ ਸੀ ਆਪਾਂ ਵੈਸਟ ਦੀ ਗੱਲ ਕਰਨੀ ਹੈ ਸਭ ਤੋਂ ਵੈਸਟ ਚ ਕਿਹੜਾ ਹੈ ਸਭ ਤੋਂ ਵੈਸਟ ਦੇ ਵਿੱਚ ਕਿਹੜਾ ਹੈ ਤੇ ਸਭ ਤੋਂ ਈਸਟ ਦੇ ਵਿੱਚ ਕਿਹੜਾ ਹੈ ਪਹਿਲਾਂ ਆਪਾਂ ਇਹ ਦੇਖਦੇ ਹਾਂ ਠੀਕ ਹੈ ਸਭ ਤੋਂ ਈਸਟ ਦੇ ਵਿੱਚ ਜਿਹੜਾ ਹੋਏਗਾ ਤਾਂ ਇਹ ਦੋ ਆਪਸ਼ਨਸ ਤਾਂ ਆਪਣੀ ਵੈਸੇ ਹੀ ਐਲੀਮੀਨੇਟ ਹੋ ਜਾਣਗੀਆਂ ਸਭ ਤੋਂ ਈਸਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿਹੜਾ ਸ਼ਿਲੋਂਗ ਹੈ ਸਭ ਤੋਂ ਈਸਟ ਦੇ ਵਿੱਚ ਕਿਹੜਾ ਸ਼ਿਲੋਂਗ ਹੈ ਠੀਕ ਹੈ ਜੀ ਦੋ ਆਪਸ਼ਨਸ ਐਲੀਮੀਨੇਟ ਹੋ ਗਏ ਆਨਸਰ ਕੀ ਹੈ ਸੀ ਠੀਕ ਹੈ ਜੀ 1 3 4 2 ਕੁਲੂ ਐਚ ਪੀ ਠੀਕ ਹੈ ਜੀ ਰਾਣੀ ਖੇਤ ਹੋ ਗਿਆ ਆਪਣਾ ਉੱਤਰਾਖੰਡ ਯੂਕੇ ਸ਼ਿਲੋਂਗ ਮਿਘਾਲਿਆ ਤੇ ਦਾਰਜਲਿੰਗ ਕੀ ਆਪਣਾ ਵੈਸਟ ਬੰਗਾਲ ਠੀਕ ਹੈ ਜੀ ਡਨ ਅਗਲੇ ਕੁਐਸਚਨ ਤੇ ਚੱਲਦੇ ਆਂ ਨੈਕਸਟ ਯੂਐਸ ਮਿਸ਼ਨਰੀ ਜੌਨ ਐਲਨ ਚਾਓ ਡਾਈਡ ਡਿਊਰਿੰਗ ਦਾ ਵਿਜ਼ਿਟ ਆਫ ਵਿਚ ਆਫ ਦੀ ਫਾਲਿੰਗ ਆਈਲੈਂਡਸ ਆਫ ਇੰਡੀਆ ਹਾਂਜੀ ਯੂਐਸ ਮਿਸ਼ਨਰੀ ਜੌਨ ਐਲਨ ਚਾਓ ਦੀ ਮੌਤ ਭਾਰਤ ਦੇ ਇਹਨਾਂ ਵਿੱਚੋਂ ਕਿਹੜੇ ਟਾਪੂ ਦੇ ਦੌਰੇ ਦੌਰਾਨ ਹੋਈ ਸੀ ਇੱਕ ਬੜਾ ਮਸ਼ਹੂਰ ਹੋਇਆ ਸੀਗਾ ਕੇਸ 2018 ਦੇ ਵਿੱਚ 17 18 ਦੀ ਗੱਲ ਹੈ ਇਹ ਜਿਹੜਾ ਜੌਨ ਐਲਨ ਚਾਓ ਹੈ ਇੱਕ 크ਰਿਸਚੀਅਨ ਮਿਸ਼ਨਰੀ ਸੀਗਾ ਜਿਹੜਾ ਇਸ ਆਈਲੈਂਡ ਦੇ ਉੱਪਰ ਗਿਆ ਇੱਥੇ ਦੇ ਇੰਡੀਜੇਨੀਅਸ ਲੋਕਾਂ ਨੂੰ ਮਿਲਣ ਦੇ ਲਈ ਉਹਨਾਂ ਵਾਸਤੇ ਕੁਝ ਗਿਫਟ ਲੈ ਕੇ ਗਿਆ ਕੁਝ ਚੀਜ਼ਾਂ ਲੈ ਕੇ ਗਿਆ ਬਟ ਉਹ ਲੋਕ ਆਊਟਸਾਈਡ ਵਰਲਡ ਦੇ ਕੰਟੈਕਟ 'ਚ ਨਹੀਂ ਸੀਗੇ ਤਾਂ ਉਹਨਾਂ ਨੇ ਲੱਗਿਆ ਕਿ ਇਹਨਾਂ ਨੇ ਇਹਨੇ ਸਾਡੇ ਉੱਪਰ ਹਮਲਾ ਕੀਤਾ ਤੇ ਉਹਨਾਂ ਨੇ ਇਹਨੂੰ ਮਾਰਤਾ ਕਤਲ ਕਰਤਾ ਇਹਦਾ ਠੀਕ ਹੈ ਜੀ ਤਾਂ ਆਪਣੇ ਕੋਲ ਹਮੇਸ਼ਾ ਇਹਦਾ ਆਨਸਰ ਬਹੁਤ ਲੋਕਾਂ ਨੂੰ ਪਤਾ ਹੋਵੇਗਾ ਕਿ ਸੈਂਟੇਨਲਿਸ ਆਈਲੈਂਡ ਹੈ ਹੁਣ ਜਦੋਂ ਆਪਸ਼ਨ ਦੇ ਵਿੱਚ ਦੋ ਆ ਕਰਤੇ ਆਪਾਂ ਨਾਰਥ ਸੈਂਟੇਨਲਿਸ ਆਈਲੈਂਡ ਸਾਊਥ ਸੈਂਟੇਨਲਿਸ ਆਈਲੈਂਡ ਫੇਰੇ ਦਾ ਆਨਸਰ ਕੀ ਬਣੇਗਾ ਠੀਕ ਹੈ ਨਾਰਥ ਕੇ ਸਾਊਥ ਫਿਰ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਨਾਰਥ ਸੈਂਟਨੈਲੀਜ਼ ਆਈਲੈਂਡ ਸੀਗਾ ਜਾਂ ਸਾਊਥ ਸੈਂਟਨੈਲੀਜ਼ ਆਈਲੈਂਡ ਸੀਗਾ ਆਨਸਰ ਕੀ ਹੈ ਏ ਆਨਸਰ ਕੀ ਹੈ ਏ ਠੀਕ ਹੈ ਜੀ ਆਨਸਰ ਕੀ ਹੈ ਏ ਕੋਈ ਗੱਲ ਨਹੀਂ ਸੰਦੀਪ ਕੌਰ ਜੀ ਡਿਲੀਟ ਕਰਨ ਦੀ ਲੋੜ ਨਹੀਂ ਹੈਗੀ ਕੋਈ ਚੱਕਰ ਨਹੀਂ ਹੈਗਾ ਇੱਥੇ ਕਿਹੜਾ ਆਪਣੇ ਕੋਲ 네ਗੇਟਿਵ ਮਾਰਕਿੰਗ ਹੈ ਠੀਕ ਹੈ ਜੀ ਜਾ ਤਿੰਨ ਦੇਖੋ ਜੀ ਜਤਿਨ ਜੀ ਪੰਜਾਬ ਦੇ ਬਾਰੇ ਚੀਜ਼ਾਂ ਥੋੜੀਆਂ ਅਨਪ੍ਰੇਡਿਕਟੇਬਲ ਜੀ ਹੁੰਦੀਆਂ ਕਈ ਵਾਰ ਆਪਾਂ ਨੂੰ ਲੱਗ ਜਾਂਦਾ ਵੀ ਹੁਣ ਆ ਜਾਈਏ ਉਦੋਂ ਆ ਜਾਈਏ ਦੇਖਦੇ ਆ ਕਦੋਂ ਆਏਗੀ ਠੀਕ ਹੈ ਜੀ ਉਦੋਂ ਆਪਾਂ ਗੱਲ ਕਰਾਂਗੇ ਕੋਈ ਨਹੀਂ ਨੈਕਸਟ ਵਿੱਚ ਮੰਗਦਾ ਫੋਲੋਇੰਗ ਬੀਚਸ ਆਰ ਲੋਕੇਟਿਡ ਇਨ ਦਾ ਸਟੇਟ ਆਫ ਮਹਾਰਾਸ਼ਟਰਾ ਆਪਣੇ ਕੋਲ ਚਾਰ ਬੀਚ ਨੇ ਜੂਹੂ ਬੀਚ ਵਰਸੋਵਾ ਬੀਚ ਤੇ ਗੁਹਾਗਰ ਬੀਚ ਤੇ ਦੇਵਗਰ ਬੀਚ ਇਹ ਚਾਰ ਬੀਚਸ ਦੇ ਵਿੱਚੋਂ ਕਿਹੜੇ ਬੀਚ ਨੇ ਜਿਹੜੇ ਮਹਾਰਾਸ਼ਟਰਾ ਦੇ ਵਿੱਚ ਨੇ ਕਿਹੜੇ ਵਿੱਚ ਨੇ ਜਿਹੜੇ ਮਹਾਰਾਸ਼ਟਰਾਂ ਦੇ ਵਿੱਚ ਨੇ ਜੂਹੂ ਵਿੱਚ ਵਰਸੋਵਾ ਵਿੱਚ ਗੁਹਾਗਰ ਵਿੱਚ ਤੇ ਦਿਵੇਗਰ ਜਿਹੜਾ ਹੈ ਵਿੱਚ ਇਹਨਾਂ ਚੋਂ ਕਿਹੜੇ ਵਿੱਚ ਮਹਾਰਾਸ਼ਟਰਾਂ ਦੇ ਵਿੱਚ ਨੇ ਹਾਂਜੀ ਸਚਿਨ ਗੇਮਿੰਗ ਜੀ ਕਹਿ ਰਹੇ ਨੇ ਏ 1 ਕਿੜ੍ਹਦੂ ਜੋ ਜੂਹੂ ਤੇ ਵਰਸੋਵਾ 1 ਕਿੜ੍ਹਦੋ ਦੇਖਦੇ ਹਾਂ ਚਲੋ ਹਾਂਜੀ ਹੋਰ ਕੋਈ ਸੰਦੀਪ ਕੌਰ ਅਮਨ ਹਾਂਜੀ ਅਚਾਹ ਟੈਲੀਗ੍ਰਾਮ ਦੇ ਨਾਲ ਨਾ ਜ਼ਰੂਰ ਜੁੜੋ ਟੈਲੀਗ੍ਰਾਮ ਦੇ ਉੱਪਰ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਕਰੰਟ ਅਫੇਅਰਸ ਇਹ ਸਾਰੀ ਚੀਜ਼ਾਂ ਜਿਹੜੀਆਂ ਯਾਰ ਜਤ ਜਤਿਨਾ ਪੀਪੀਐਸਸੀ ਜਿਹੜਾ ਹੈ ਨਾ ਪੀਪੀਐਸਸੀ ਦਾ ਪੇਪਰ ਸਟਾਈਲ ਕੰਡਕਟ ਕਰਨ ਦਾ ਕੁਝ ਹੋਰ ਹੈ ਜਿਹੜੇ ਬਾਕੀ ਐਗਜ਼ਾਮ ਨੇ ਉਹਨਾਂ ਦਾ ਹੋਰ ਹੈ ਠੀਕ ਹੈ ਜੀ ਦੋਨਾਂ ਦਾ ਅਲੱਗ-ਅਲੱਗ ਹੈ ਠੀਕ ਹੈ ਪੀਪੀਐਸਸੀ ਵਾਲੇ ਥੋੜੇ ਟਾਈਮ ਤੋਂ ਉਹ ਵੀ ਕਰਾਵਾਂਗੇ ਤੁਹਾਨੂੰ ਸਾਰਾ ਕੁਝ ਕਰਾਵਾਂਗੇ ਡੋਂਟ ਵਰੀ ਸਾਰਾ ਕੁਝ ਕਰਾਵਾਂਗੇ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਹਾਂ ਠੀਕ ਹੈ ਉਹਦਾ ਕੀ ਮਸਲਾ ਹੈ ਕਿ ਪੀਪੀਐਸਸੀ ਪਿਛਲੇ ਥੋੜੇ ਟਾਈਮ ਤੋਂ ਕੁਐਸਚਨ ਦਾ ਜਿਹੜਾ 2020 ਤੋਂ ਲੈਵਲ ਉਹਨਾਂ ਨੇ ਚੇਂਜ ਕੀਤਾ ਉਹ ਸਿੱਧੇ ਹੀ ਕੁਐਸਚਨ ਬਥੇਰੇ ਸਾਰੇ ਮੈਗਜ਼ੀਨਾਂ ਚੋਂ ਬਹੁਤ ਸਾਰੇ ਕਰੰਟ ਅਫੇਅਰ ਦੀ ਵੈਬਸਾਈਟਾਂ ਤੋਂ ਚੱਕ ਕੇ ਕਾਪੀ ਕਰ ਦਿੰਦੇ ਨੇ ਠੀਕ ਹੈ ਉਹ ਵੀ ਕਰਾਵਾਂਗੇ ਤੁਹਾਨੂੰ ਡੋਂਟ ਵਰੀ ਆਨਸਰ ਕੀ ਹੈ ਇਹਦਾ ਆਪਣਾ ਡੀ 1 2 3 4 1 2 3 4 ਚਾਰੇ ਵਿੱਚ ਮਹਾਰਾਸ਼ਟਰ ਦੇ ਵਿੱਚ ਨੇ ਇਹ ਜਿਹੜਾ ਚਾਰੇ ਵਿੱਚ ਦੀ ਆਪਾਂ ਗੱਲ ਕਰ ਰਹੇ ਹਾਂ ਚਾਰੇ ਵਿੱਚ ਮਹਾਰਾਸ਼ਟਰ ਦੇ ਵਿੱਚ ਨੇ ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਥਾਰ ਡੇਜ਼ਰਟ ਲੋਕੇਟਿਡ ਇਨ ਵਿੱਚ ਸਾਈਡ ਆਫ ਅਰਾਵਲੀ ਰੇਂਜ ਹਾਂਜੀ ਜਿਹੜਾ ਥਾਰ ਦਾ ਮਾਰੂਥਲ ਉਹ ਅਰਾਵਲੀ ਰੇਂਜ ਦੇ ਕਿਹੜੇ ਪਾਸੇ ਆ ਕੀ ਆ ਉਹਦੇ ਪੂਰਬੀ ਉੱਤਰੀ ਦੱਖਣੀ ਜਾਂ ਪੱਛਮੀ ਨਾਰਥਰਨ ਸਦਰਨ ਵੈਸਟਰਨ ਜਾਂ ਈਸਟਰਨ ਕਿਹੜੇ ਪਾਸੇ ਲੋਕੇਟ ਕਰਦਾ ਹੈ ਥਾਰ ਜਿਹੜਾ ਡੇਜ਼ਰਟ ਹੈ ਥਾਰ ਦਾ ਮਾਰੂਥਲ ਕਿਹੜੇ ਪਾਸੇ ਲੋਕੇਟ ਕਰਦਾ ਹੈ ਜੀ ਹਾਂਜੀ ਈਸਟਰਨ ਪਾਸੇ ਨਾਰਦਰਨ ਪਾਸੇ ਸਦਰਨ ਪਾਸੇ ਜਾਂ ਵੈਸਟਰਨ ਪਾਸੇ ਸਚੀਨ ਗੇਮਿੰਗ ਜੀ ਕਰੈਨੇ ਵੈਸਟ ਥਾਰ ਡੇਜ਼ਰਟ ਹੈ ਜਿਹੜਾ ਅਰਾਵਲੀ ਰੇਂਜ ਦੀ ਕਿਹੜੀ ਸਾਈਡ ਹੈ ਆਨਸਰ ਕੀ ਹੈ ਆਪਣਾ ਏ ਈਸਟਰਨ ਆਨਸਰ ਹੈ ਏ ਈਸਟਰਨ আরাਵਲੀ ਰੇਂਜ ਦੀ ਈਸਟਰਨ ਪਾਸੇ ਹੈ ਆਪਣੇ ਕੋਲ ਜਿਹੜਾ ਹੈ ਵੈਸਟ ਵਾਲੇ ਪਾਸੇ ਨਹੀਂ ਹੈਗਾ ਨਾਰਥ-ਵੈਸਟ ਨਹੀਂ ਹੈਗਾ ਆਨਸਰ ਇਜ਼ ਈਸਟਰਨ ਆਨਸਰ ਇਜ਼ ਈਸਟਰਨ ਈਸਟਰਨ ਵਾਲੇ ਪਾਸੇ ਹੈ ਠੀਕ ਹੈ ਈਸਟਰਨ ਨੈਕਸਟ ਵਿਚ ਆਫ ਦੀ ਫੋਲੋਇੰਗ ਇਜ਼ ਦੀ ਲਾਰਜੈਸਟ ਪਾਰਟ ਆਫ ਦੀ ਛੋਟਾ ਨਾਗਪੁਰ ਪਲੇਟੂ ਛੋਟਾ ਨਾਗਪੁਰ ਪਲੇਟੂ ਦਾ ਸਭ ਤੋਂ ਜਿਹੜਾ ਲਾਰਜੈਸਟ ਪਾਰਟ ਹੈ ਉਹ ਕਿਹੜਾ ਹੈ ਰਾਂਚੀ ਹਜ਼ਾਰੀ ਬਾਗ ਪਲੇਟੂ ਕਡਰਮਾ ਪਲੇਟੂ ਸਿੰਘ ਭੂਮ ਪਲੇਟੂ ਰਾਂਚੀ ਪਲੇਟੂ ਹਜ਼ਾਰੀ ਬਾਗ ਪਲੇਟੂ ਕਡਰਮਾ ਪਲੇਟੂ ਸਿੰਘ ਭੂਮ ਪਲੇਟੂ ਹਾਂਜੀ ਰਾਂਚੀ ਪਲੇਟੂ ਹਜ਼ਾਰੀ ਬਾਗ ਪਲੇਟੂ ਕਡਰਮਾ ਪਲੇਟੂ ਸਿੰਘ ਭੂਮ ਪਲੇਟੂ ਕਿਹੜਾ ਛੋਟਾ ਨਾਗਪੁਰ ਪਠਾਰ ਦਾ ਸਭ ਤੋਂ ਵੱਡਾ ਹਿੱਸਾ ਹੈ ਜਲਦੀ ਜਲਦੀ ਜਵਾਬ ਕਰਿਆ ਕਰੋ ਜਲਦੀ ਰਾਂਚੀ ਪਲੇਟੂ ਹਜਾਰੀ ਬਾਗ ਪਲੇਟੂ ਕਡਰਮਾ ਪਲੇਟੂ ਸਿੰਘਬੂਮ ਪਲੇਟੂ ਥੋੜਾ ਛੇਤੀ ਜਵਾਬ ਕਰਿਆ ਕਰੋ ਕੀ ਆਨਸਰ ਹੈ ਆਨਸਰ ਕੀ ਹੈ ਰਾਂਚੀ ਪਲੇਟੂ 700 ਮੀਟਰ ਤੋਂ ਵੀ ਜ਼ਿਆਦਾ ਇਹਦੀ ਐਲੀਵੇਸ਼ਨ ਹੈ ਜਿਹੜੀ ਦਮੋਦਰ ਰਿਵਰ ਆ ਇੱਥੋਂ ਓਰੀਜਿਨੇਟ ਹੁੰਦੀ ਹੈ ਠੀਕ ਹੈ ਜੀ ਦਮੋਦਰ ਰਿਵਰ ਹੈ ਜਿਹੜੀ ਇੱਥੋਂ ਓਰੀਜਿਨੇਟ ਹੁੰਦੀ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ ਵਿਚ ਆਫ ਦੀ ਫੋਲੋਇੰਗ ਟਾਈਪ ਆਫ ਫੋਰੈਸਟ ਓਕਿਊਪਾਈਜ਼ ਦਾ ਲਾਰਜੈਸਟ ਏਰੀਆ ਇਨ ਇ ਹਾਂਜੀ ਆਪਣੇ ਕੋਲ ਚਾਰ ਆਪਸ਼ਨਸ ਨੇ ਇਹਨਾਂ ਵਿੱਚੋਂ ਕਿਹੜੀ ਕਿਸਮ ਦਾ ਜੰਗਲ ਭਾਰਤ ਦਾ ਸਭ ਤੋਂ ਵੱਡਾ ਖੇਤਰਫਲ ਰੱਖਦਾ ਹੈ ਇੰਡੀਆ ਦੇ ਸਭ ਤੋਂ ਜ਼ਿਆਦਾ ਖੇਤਰਫਲ ਦੇ ਵਿੱਚ ਕਿਸ ਕਿਸਮ ਦਾ ਹੈ ਜਿਹੜਾ ਜੰਗਲ ਹੈ ਹਾਂਜੀ ਕੀ ਆਨਸਰ ਬਣਦਾ ਉਹਦਾ ਹਾਂਜੀ ਜਲਦੀ ਸੰਦੀਪ ਕੌਰ ਜੀ ਕਹਿ ਰਹੇ ਨੇ ਇਹ ਮਾਉਂਟੇਨ ਵੈਟ ਟੈਂਪਰੇਟ ਫੋਰੈਸਟ ਸਬਟ੍ਰੋਪੀਕਲ ਡਰਾਈ ਐਵਰਗ੍ਰੀਨ ਫੋਰੈਸਟ ਟ੍ਰੋਪੀਕਲ ਮੌਇਸਟ ਡੈਸੀਡੀਅਸ ਫੋਰੈਸਟ ਟ੍ਰੋਪੀਕਲ ਵੈਟ ਐਵਰਗ੍ਰੀਨ ਫੋਰੈਸਟ ਹਾਂਜੀ ਸਭ ਤੋਂ ਜ਼ਿਆਦਾ ਜਿਹੜਾ ਖੇਤਰਫਲ ਹੈ ਕਿਹੜਾ ਜੰਗਲ ਕਵਰ ਕਰਦਾ ਹੈ ਟ੍ਰੋਪੀਕਲ ਮੌਇਸਟ ਡੈਸੀਡੀਅਸ ਫੋਰੈਸਟ ਆਨਸਰ ਕੀ ਹੈ ਸੀ ਟ੍ਰੋਪੀਕਲ ਮੌਇਸਟ ਡੈਸੀਡੀਅਸ ਫੋਰੈਸਟ ਮੁਹੰਮਦ ਮੁਸਾਦ ਜੀ ਬਿਲਕੁਲ ਸੀ ਆਨਸਰ ਸਤਿ ਸ਼੍ਰੀ ਅਕਾਲ ਜੀ ਕਈ ਦਿਨ ਬਾਅਦ ਆਏ ਹੋ ਤੁਸੀਂ ਮੁਹੰਮਦ ਮੁਸਾਦ ਜੀ ਕਿੱਧਰ ਗਾਇਬ ਹੋ ਗਏ ਸੀਗੇ ਨੈਕਸਟ ਵਿਚ ਆਫ ਦੀ ਫੋਲੋਇੰਗ ਸਟੇਟ ਆਫ ਇੰਡੀਆ ਹੈਵਿੰਗ ਆਲ ਮੋਸਟ ਅ ਮੋਨੋਪੋਲੀ ਇਨ ਦਾ ਪ੍ਰੋਡਕਸ਼ਨ ਆਫ ਕ੍ਰੋਮਾਈਟ ਇੰਡੀਆ ਦੇ ਵਿੱਚ ਕਿਹੜੀ ਐਦਾਂ ਦੀ ਸਟੇਟ ਹੈ ਜਿਹਦਾ ਕ੍ਰੋਮਾਈਟ ਦੇ ਪ੍ਰੋਡਕਸ਼ਨ ਦੇ ਵਿੱਚ ਬਿਲਕੁਲ ਏਕਾਧਿਕਾਰ ਹੈ ਬਿਲਕੁਲ ਮੋਨੋਪੋਲੀ ਹੈ ਕਿ ਸਭ ਤੋਂ ਜ਼ਿਆਦਾ ਜਿਹੜੀ ਕ੍ਰੋਮਾਈਟ ਹੈ ਉਹ ਸਟੇਟ ਪ੍ਰੋਡਿਊਸ ਕਰ ਰਹੀ ਹੈ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕ੍ਰੋਮਾਈਟ ਦੀ ਉਹ ਸਟੇਟ ਕਰ ਰਹੀ ਹੈ ਉੜੀਸਾ ਰਾਜਸਥਾਨ ਛੱਤੀਸਗੜ੍ਹ ਜਾਂ ਬਿਹਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੰਦੀਪ ਕੌਰ ਜੀ ਕੋਈ ਗੱਲ ਨਹੀਂ ਉਸ ਲਾਈਵ ਦੇ ਵਿੱਚ ਥੋੜਾ ਜਿਹਾ ਕਈ ਵਾਰ ਡਿਲੇ ਹੁੰਦਾ ਹੈ ਉਸ ਕਰਕੇ ਹੁੰਦੀ ਹੈ ਚੀਜ਼ ਉਹ ਡਾਟ ਬਰੀ ਹਾਂਜੀ ਕਿਹੜੀ ਸਟੇਟ ਹੈ ਜਿਹਦੀ ਮੋਨੋਪੋਲੀ ਆ ਕਰਮਾਈਟ ਦੇ ਪ੍ਰੋਡਕਸ਼ਨ ਦੇ ਵਿੱਚ ਆਨਸਰ ਕੀ ਆਪਣੇ ਕੋਲ ਇਹ ਉੜੀਸਾ ਇੱਥੇ ਵੀ ਬੰਗੂਰ ਕ੍ਰੋਮ ਔਰ ਮਾਈਨ ਹੈ ਬੰਗੂਰ ਦੀ ਮਾਈਨ ਹੈ ਬੰਗੂਰ ਦੀ ਯਾਦ ਰੱਖਣਾ ਕ੍ਰੋਮ ਔਰ ਮਾਈਨ ਹੈ ਜਿਹਦੇ ਵਿੱਚ ਕ੍ਰੋਮਾਈਟ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਸਭ ਤੋਂ ਵੱਧ ਇੰਡੀਆ ਦੇ ਵਿੱਚ ਮੋਨੋਪੋਲੀ ਹੈ ਠੀਕ ਹੈ ਜੀ ਅੱਗੇ ਚੱਲਦੇ ਆ नेक्स्ट ਵਿਚ ਅਮੰਗ ਦਾ ਫੋਲੋਇੰਗ ਸਟੇਟਸ ਆਫ ਇੰਡੀਆ ਹੈਜ਼ ਦਾ ਹਾਈਐਸਟ ਇਨਸਟਾਲਡ ਸੋਲਰ ਪਾਵਰ ਜਨਰੇਸ਼ਨ ਕੈਪੈਸਿਟੀ ਹਾਂਜੀ ਇੰਡੀਆ ਦੀ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸੋਲਰ ਪਾਵਰ ਜਿਹੜੀ ਇਨਸਟਾਲਡ ਕੈਪੈਸਿਟੀ ਹੈ ਜਨਰੇਸ਼ਨ ਦੀ ਕਿਹੜੀ ਸਟੇਟ ਹੈ ਹਾਂਜੀ ਆਂਧਰਾ ਕਰਨਾਟਕਾ ਗੁਜਰਾਤ ਤਾਮਿਲਨਾਡੂ ਸਭ ਤੋਂ ਵੱਧ ਸਥਾਪਿਤ ਸੂਰਜੀ ਊਰਜਾ ਕਿਹੜੀ ਸਟੇਟ ਦੇ ਕੋਲ ਹੈ ਆਂਧਰਾ ਕਰਨਾਟਕਾ ਗੁਜਰਾਤ ਜਾਂ ਤਾਮਿਲਨਾਡੂ ਆਂਧਰਾ ਕਰਨਾਟਕਾ ਗੁਜਰਾਤ ਜਾਂ ਤਾਮਿਲਨਾਡੂ ਆਨਸਰ ਕੀ ਹੈ ਕਰਨਾਟਕਾ ਤਕਰੀਬਨ ਤਕਰੀਬਨ 7100 ਮੈਗਾਵਾਟ ਦੀ ਹੈ ਇਹਦੀ ਕੈਪੈਸਿਟੀ ਇਨਸਟਾਲਡ ਇਨਸਟਾਲਡ ਸੋਲਰ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਇਨਸਟਾਲਡ ਸੋਲਰ ਪਾਵਰ ਜਨਰੇਸ਼ਨ ਦੀ ਕੈਪੈਸਿਟੀ ਦੀ ਗੁਜਰਾਤ ਨੇ ਹੁਣ ਕਰਨਾਟਕਾ ਕਰਨਾਟਕ ਨੈਕਸਟ ਵਿੱਚੋਂ ਮੰਗਦਾ ਫੋਲੋਇੰਗ ਸਟੇਟਸ ਆਫ ਇੰਡੀਆ ਰੈਂਕਸ ਫਸਟ ਇਨ ਟਰਮਸ ਆਫ ਟੋਟਲ ਪ੍ਰੋਡਕਸ਼ਨ ਆਫ ਬਾਇਓ ਗੈਸ ਇੰਡੀਆ ਦੇ ਵਿੱਚ ਬਾਇਓ ਗੈਸ ਦੀ ਪ੍ਰੋਡਕਸ਼ਨ ਦੇ ਵਿੱਚ ਕਿਹੜੀ ਸਟੇਟ ਹੈ ਜਿਹਦੀ ਸਭ ਤੋਂ ਟਾਪ ਕਰਦੀ ਹੈ ਪਹਿਲੇ ਰੈਂਕ ਤੇ ਹੈ ਹਾਂਜੀ ਟੋਟਲ ਪ੍ਰੋਡਕਸ਼ਨ ਆਫ ਬਾਇਓ ਗੈਸ ਦੇ ਵਿੱਚ ਪਹਿਲਾ ਨੰਬਰ ਤੇ ਪਹਿਲੇ ਨੰਬਰ ਤੇ ਕਿਹੜੀ ਸਟੇਟ ਹੈ ਹਾਂਜੀ ਹਾਂਜੀ ਸੰਦੀਪ ਕੌਰ ਅਮਨ ਖਰਮੀ ਮੁਹੰਮਦ ਮੁਸਾਦ ਸਚਿਨ ਬਾਇਓ ਗੈਸ ਪ੍ਰੋਡਕਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਕਿਹੜੀ ਸਟੇਟ ਹੈ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਜਾਂ ਕਰਨਾਟਕਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਜਾਂ ਕਰਨਾਟਕਾ ਆਨਸਰ ਕੀ ਆਪਣੇ ਕੋਲ ਬੀ ਮਹਾਰਾਸ਼ਟਰ ਬਿਲਕੁਲ ਬੀ ਮਹਾਰਾਸ਼ਟਰ ਮਹਾਰਾਸ਼ਟਰ ਕਰਨਾਟਕਾ ਸੈਕਿੰਡ ਠੀਕ ਹੈ ਇਹਦੇ ਚ ਤਾਂ ਹਾਂ ਬਿਲਕੁਲ ਬਾਇਓ ਗੈਸ ਦੇ ਵਿੱਚ ਠੀਕ ਹੈ ਨੈਕਸਟ ਦਾ ਨੈਸ਼ਨਲ ਇਨਲੈਂਡ ਨੇਵੀਗੇਸ਼ਨ ਇੰਸਟੀਟਿਊਟ ਦਾ ਨੈਸ਼ਨਲ ਇਨਲੈਂਡ ਨੇਵੀਗੇਸ਼ਨ ਇੰਸਟੀਟਿਊਟ ਕਿਹੜੇ ਸ਼ਹਿਰ ਦੇ ਵਿੱਚ ਹੈ ਪਟਨਾ ਬਾਲਾਸੌਰ ਬੈਂਗਲੌਰ ਜਾਂ ਦੇਹਰਾਦੂਨ ਪਟਨਾ ਬਾਲਾਸੌਰ ਬੈਂਗਲੌਰ ਨੈਸ਼ਨਲ ਇਨਲੈਂਡ ਨੇਵੀਗੇਸ਼ਨ ਇੰਸਟੀਟਿਊਟ ਇੰਡੀਆ ਦਾ ਲੋਕੇਟਿਡ ਇਨ ਵਿਚ ਸਿਟੀ ਪਟਨਾ ਬਾਲਾਸੌਰ ਬੈਂਗਲੌਰ ਜਾਂ ਦੇਹਰਾਦੂਨ ਹਾਂਜੀ ਜਲਦੀ ਜਲਦੀ ਆਨਸਰ ਕਰੋ ਜਲਦੀ ਸੋਚਿਆ ਨਾ ਕਰੋ Google ਕਰਨ ਚਲੇ ਜਾਨੇਗਾ ਜਲਦੀ ਆਨਸਰ ਕਰਿਆ ਕਰੋ ਹਾਂਜੀ ਇਹਦਾ ਆਨਸਰ ਕੀ ਆਪਣੇ ਕੋਲ ਪਟਨਾ 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 ਇਸ ਦਾ ਰਾਈਟ ਆਨਸਰ ਪਟਨਾ ਦੇ ਵਿੱਚ ਆਪਣਾ ਨੈਸ਼ਨਲ ਜਿਹੜਾ ਇੰਸਟੀਚਿਊਟ ਆਫ ਇਨਲੈਂਡ ਨੇਵੀਗੇਸ਼ਨ ਹੈ ਠੀਕ ਹੈ ਜੀ ਪਟਨਾ ਇਸ ਦਾ ਰਾਈਟ ਆਨਸਰ ਚਲੋ ਨੈਕਸਟ ਕੁਐਸਚਨ ਦਾ ਮਿਸ਼ਮੀ ਪੀਪਲ ਆ ਰੈਜ਼ੀਡੈਂਟ ਆਫ ਵਿਚ ਆਫ ਦੀ ਫੋਲੋਇੰਗ ਸਟੇਟਸ ਆਫ ਇੰਡੀਆ ਜਿਹੜੇ ਮਿਸ਼ਮੀ ਲੋਗ ਨੇ ਉਹ ਇੰਡੀਆ ਦੀ ਕਿਹੜੀ ਸਟੇਟ ਦੇ ਲੋਗ ਨੇ ਰੈਜ਼ੀਡੈਂਟ ਨੇ ਮਿਸ਼ਮੀ ਟ్రਾਈਬ ਮਿਸ਼ਮੀ ਟ్రਾਈਬ ਉੜੀਸਾ ਮਨੀਪੁਰ ਅਰੁਣਾਚਲ ਪ੍ਰਦੇਸ਼ ਕਰਨਾਟਕਾ ਉੜੀਸਾ ਮਨੀਪੁਰ ਅਰੁਣਾਚਲ ਪ੍ਰਦੇਸ਼ ਜਾਂ ਕਰਨਾਟਕਾ ਮਿਸ਼ਮੀ ਜਿਹੜੇ ਲੋਗ ਨੇ ਉਹ ਕਿੱਥੇ ਦੇ ਰੈਜ਼ੀਡੈਂਟ ਨੇ ਉੜੀਸਾ ਮਨੀਪੁਰ ਅਰੁਣਾਚਲ ਜਾਂ ਕਰਨਾਟਕਾ ਹਾਂਜੀ ਇਹ ਆਪਾਂ ਜੀਓਗ੍ਰਾਫੀ ਦੇ ਵਿੱਚ ਵੀ ਕੀਤਾ ਸੀਗਾ ਜਦੋਂ ਟ్రਾਈਬ ਵਾਲਾ ਚੈਪਟਰ ਕੀਤਾ ਸੀਗਾ ਜੀਓਗ੍ਰਾਫੀ ਦੇ ਵਿੱਚ ਵੀ ਕੀਤਾ ਸੀਗਾ ਆਪਾਂ ਇਹ ਕਾਫੀ ਸਾਰੀ ਟ్రਾਈਬਸ ਉਹਨਾਂ ਦੇ ਕੁਝ ਉਹਨਾਂ ਦੇ ਨਾਲ ਜੁੜੀ ਹੋਈ ਕੁਝ ਇਨਫੋਰਮੇਸ਼ਨ ਸਾਰਾ ਕੁਝ ਆਪਾਂ ਕਰ ਚੁੱਕੇ ਆਂ ਆਨਸਰ ਕੀ ਹੈ ਸੀ ਅਰੂਨਾਚਲ ਪ੍ਰਦੇਸ਼ ਆਨਸਰ ਕੀ ਆਪਣੇ ਕੋਲ ਸੀ ਅਰੂਨਾਚਲ ਪ੍ਰਦੇਸ਼ ਸੀ ਨੈਕਸਟ ਇੰਡੀਅਨ ਸੋਵਰਨਿਟੀ ਇਨ ਸੀ ਐਕਸਟੈਂਡਸ ਅਪ ਟੂ ਡੈਸ਼ ਨੌਟਿਕਲ ਮਾਈਲਸ ਠੀਕ ਹੈ ਜੀ ਠੀਕ ਹੈ ਅਮਨ ਖਰਮੀ ਜੀ ਸਮੁੰਦਰ ਵਿੱਚ ਭਾਰਤੀ ਪ੍ਰਭੂਸત્તા ਕਿੰਨੇ ਨੌਟਿਕਲ ਮਾਈਲ ਤੱਕ ਫੈਲੀ ਹੋਈ ਹੈ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਥੋੜਾ ਟਾਈਮ ਪਹਿਲਾਂ ਆ ਆਲਮੋਸਟ ਜਿੰਨੇ ਵੀ ਨੈਟਵਰਕ ਪ੍ਰੋਵਾਈਡਰ ਸੀਗੇ ਇਹਨਾਂ ਦੇ ਜਿਹੜੇ ਨੈਟਵਰਕ ਸੀਗੇ ਬੜੇ ਸਲੋ ਸੀਗੇ ਖਾਸ ਕਰਕੇ ਰੂਰਲ ਏਰੀਆਜ਼ ਦੇ ਵਿੱਚ ਇੰਟਰਨੈਟ ਦੀ ਬੜੀ ਦਿੱਕਤ ਸੀਗੀ ਉਹ ਐਕਚੁਅਲੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਇਹਨਾਂ ਨੂੰ ਨਵੇਂ ਟਾਵਰ ਲਾਉਣ ਦੀ ਪਰਮਿਸ਼ਨ ਨਹੀਂ ਹੈਗੀ ਖਾਸ ਕਰਕੇ ਰੈ residențial ਏਰੀਆਜ਼ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਸੇ ਬੰਦੇ ਨੇ ਕੇਸ ਫਾਈਲ ਕੀਤਾ ਹੋਇਆ ਸੀਗਾ ਮੁਹਾਲੀ ਦੇ ਬੰਦੇ ਨੇ ਇਹ ਜਿੰਨੀ ਵੀ ਕੰਪਨੀਆਂਜ਼ ਨੇ ਇਹਨਾਂ ਦੇ ਖਿਲਾਫ ਕੇ ਇਹਦੇ ਵਿੱਚ ਉਹ ਲਾਉਂਦੇ ਨੇ ਇਹ ਟਾਵਰ ਵਗੈਰਾ ਲਾਉਂਦੇ ਨੇ ਉਸ ਕਰਕੇ ਨੈਟਵਰਕ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ ਤਾਂ ਰੂਰਲ ਏਰੀਆਜ਼ ਦੇ ਵਿੱਚ ਬਹੁਤ ਪ੍ਰੋਬਲਮ ਸੀਗੀ ਹੁਣ ਸ਼ਾਇਦ ਥੋੜਾ ਬਹੁਤਾ ਸੁਧਰੀ ਹੋਊ ਚੀਜ਼ 12 ਨੌਟਿਕਲ ਮਾਈਲ ਹੁੰਦਾ ਜੀ ਬਿਲਕੁਲ 12 ਨੌਟਿਕਲ ਮਾਈਲ ਹੁੰਦਾ ਜਿਹਦੇ ਵਿੱਚ ਉਸ ਕੰਟਰੀ ਨੂੰ ਸਾਰੇ ਅਧਿਕਾਰ ਹੁੰਦੇ ਨੇ 12 ਨੌਟਿਕਲ ਮਾਈਲ ਦੇ ਅੰਦਰ ਐਕਸਪਲੋਰੇਸ਼ਨ ਵਗੈਰਾ ਦੇ ਸਾਰੇ ਅਧਿਕਾਰ ਹੁੰਦੇ ਨੇ ਉਹਨਾਂ ਕੋਲ ਠੀਕ ਹੈ ਜੀ 12 ਨੌਟਿਕਲ ਮਾਈਲ ਇਸ ਦਾ ਰਾਈਟ ਆਨਸਰ ਅੱਗੇ ਚੱਲਦੇ ਨੇ ਨੈਕਸਟ ਤਾਦੋਬਾ ਨੈਸ਼ਨਲ ਪਾਰਕ ਜਿਹੜਾ ਜਾਣਿਆ ਜਾਂਦਾ ਹੈ ਟਾਈਗਰਸ ਨੂੰ ਸ਼ੈਲਟਰ ਕਰਨ ਦੇ ਲਈ ਪੈਂਥਰਸ ਨੂੰ ਤੇ ਬੇਅਰ ਨੂੰ ਸ਼ੈਲਟਰ ਕਰਨ ਦੇ ਲਈ ਉਹ ਕਿਹੜੀ ਸਟੇਟ ਦੇ ਵਿੱਚ ਆ ਅਸਮ ਮਹਾਰਾਸ਼ਟਰਾ ਕਰਨਾਟਕਾ ਜਾਂ ਤਾਮਿਲਨਾਡੂ ਅਸਮ ਮਹਾਰਾਸ਼ਟਰਾ ਕਰਨਾਟਕਾ ਜਾਂ ਤਾਮਿਲਨਾਡੂ ਅਸਮ ਮਹਾਰਾਸ਼ਟਰਾ ਕਰਨਾਟਕਾ ਜਾਂ ਤਾਮਿਲਨਾਡੂ ਹਾਂਜੀ ਅਸਮ ਮਹਾਰਾਸ਼ਟਰਾ ਕਰਨਾਟਕਾ ਜਾਂ ਤਾਮਿਲਨਾਡੂ ਆਨਸਰ ਕੀ ਬਣਦਾ ਇਹਦਾ ਬੀ ਬੀ ਬਿਲਕੁਲ ਚੰਦਰਪੁਰ ਨਾਮ ਦੀ ਜਗ੍ਹਾ ਹੈ ਮਹਾਰਾਸ਼ਟਰਾ ਮਹਾ ਬਿਲਕੁਲ ਅਚਾ ਆਪਾਂ ਨੂੰ ਥੋੜੇ ਹੀ ਬੰਦੇ ਦੇਖ ਰਹੇ ਆ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਅਮਨ ਖੁਰਮੀ ਦਾ ਕਿਹੜਾ ਸ਼ਹਿਰ ਹੈ ਸੰਦੀਪ ਕੌਰ ਦਾ ਕਿਹੜਾ ਹੈ ਜੇ ਐਸ ਕੋਸ਼ਿਕ ਜੀ ਸੀਗੇ ਪਹਿਲਾਂ ਮੁਹੰਮਦ ਮੁਸਾਦ ਦਾ ਤਾਂ ਚਲੋ ਪਤਾ ਹੈ ਤੁਹਾਡਾ ਕਿਹੜਾ ਸ਼ਹਿਰ ਹੈ ਪੰਜਾਬ ਦਾ ਸੰਦੀਪ ਕੌਰ ਮਹਾਰਾਸ਼ਟਰ ਤੋਂ ਹੈ ਮਹਾਰਾਸ਼ਟਰ ਦਾ ਚਲੋ ਆਨਸਰ ਹੋ ਗਿਆ ਹਾਂਜੀ ਕਿਹੜਾ ਕਿਹੜਾ ਸ਼ਹਿਰ ਹੈ ਪੰਜਾਬ ਦਾ ਮੋਗਾ ਵਾਜੀ ਵਾ ਮਾਨਸਾ ਏਰੀਆ ਆਫ ਵਾਈਲਡ ਕੋਲਡ ਸਰ ਵਾਜੀ ਵਾ ਮਾਨਸਾ ਏਰੀਆ ਮਾਨਸਾ ਖਾਸਾ ਬੜਾ ਹੈ ਤੇ ਮਾਨਸੇ ਦੇ ਵਿੱਚ ਪਿੱਖੀ ਹੈ ਬੜਲਾਡਾ ਹੈ ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ ਮਾਨਸਾ ਏਰੀਆ ਆਫ ਸਿੱਧੂ ਮੁਸੇ ਵਾਲਾ ਨੈਕਸਟ ਫਰਸਟ ਮੈਟਰੋ ਰੇਲਵੇ ਵਾਸ ਇਨੋਗਰੇਟਡ ਇਨ ਕੋਲਕਾਤਾ ਠੀਕ ਹੈ ਠੀਕ ਹੈ ਸੰਦੀਪ ਕੋ ਇਹ ਮਜ਼ਾਕ ਕਰਦਾ ਸੀਗਾ ਫਰਸਟ ਮੈਟਰੋ ਰੇਲਵੇ ਵਾਸ ਇਨੋਗਰੇਟਡ ਇਨ ਕੋਲਕਾਤਾ ਪਹਿਲੀ ਜਿਹੜੀ ਮੈਟਰੋ ਟ੍ਰੇਨ ਮੈਟਰੋ ਰੇਲਵੇ ਇਨੋਗਰੇਟ ਕੀਤਾ ਸੀਗਾ ਕੋਲਕਾਤਾ ਦੇ ਵਿੱਚੋਂ ਕਦੋਂ ਕੀਤਾ ਗਿਆ ਸੀਗਾ 1982 87 84 ਜਾਂ 1990 1982 87 84 ਜਾਂ 90 ਠੀਕ ਹੈ ਜੀ ਠੀਕ ਹੈ ਜੀ ਬਡਲਾਡਾ ਫਸਟ ਮੈਟਰੋ ਰੇਲਵੇ ਵਾਸ ਇਨੋਗਰੇਟਿਡ ਇਨ ਕਲਕੱਤਾ 82874890 ਹਾਂਜੀ ਹਾਂਜੀ ਬਿਲਕੁਲ ਜੀ ਸੰਦੀਪ ਕੌਰ ਜੀ ਪਹਿਲਾ ਜਿਹੜਾ ਪਹਿਲੀ ਕਲਕੱਤਾ ਦੇ ਵਿੱਚ ਮੈਟਰੋ ਇਨੋਗਰੇਟ ਕੀਤੀ ਗਈ ਸੀ ਕਿ ਉਹ ਕਿਹੜੇ ਸਾਲ ਚ ਕੀਤੀ ਗਈ ਸੀ ਕਿ ਸਵਾਲ ਇਹ ਹੈ ਆਨਸਰ ਕੀ ਆਪਣੇ ਕੋਲ 1984 1984 ਨੈਕਸਟ ਕੁਐਸਚਨ ਵਿਚ ਅਮੰਗ ਦਾ ਫੋਲੋਇੰਗ ਟ੍ਰਾਈਬ ਹੈਜ਼ ਦਾ ਲਾਰਜੈਸਟ ਪੋਪੂਲੇਸ਼ਨ ਇਨ ਇੰਡੀਆ ਇੰਡੀਆ ਦੇ ਵਿੱਚ ਕਿਹੜੀ ਟ੍ਰਾਈਬ ਦੀ ਹਾਂਜੀ ਬਿਲਕੁਲ ਜੀ ਅਮਨ ਖੁਰਮੀ ਜੀ ਬਿਲਕੁਲ ਠੀਕ ਹੈ ਜੀ ਵਿਚ ਅਮੰਗ ਦਾ ਫੋਲੋਇੰਗ ਟ੍ਰਾਈਬ ਹੈਜ਼ ਦਾ ਲਾਰਜੈਸਟ ਪੋਪੂਲੇਸ਼ਨ ਇਨ ਇੰਡੀਆ ਠੀਕ ਹੈ ਭੀਲ ਮੀਨਾ ਗੋਂਦ ਜਾਂ ਸਹਾਰੀਆ ਹਾਂਜੀ ਭੀਲ ਮੀਨਾ ਗੋਂਦ ਜਾਂ ਸਹਾਰੀਆ ਕਿਹੜੀ ਟ్రਾਈਬ ਦੀ ਜਿਹੜੀ ਪੋਪੂਲੇਸ਼ਨ ਹੈ ਸਭ ਤੋਂ ਵੱਧ ਹੈ ਆਪਾਂ 2011 ਦੇ ਸੈਂਸਸ ਦੇ ਹਿਸਾਬ ਨਾਲ ਦੇਖਦੇ ਆਂ ਅਗਲਾ ਤਾਂ ਹੋਇਆ ਹੀ ਨਹੀਂ ਹੈਗਾ ਪਹਿਲੇ ਕੋਵਿਡ ਦੇ ਟਾਈਮ ਦੇ ਵਿੱਚ ਰੁਲ ਗਿਆ ਫਿਰ ਨਹੀਂ ਹੋਇਆ ਹੈਗਾ ਅਜੇ ਸੈਣੀ ਜੀ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਨੇ ਮਾਝਾ ਏਰੀਆ ਬਿਲਕੁਲ ਜੀ ਭੀਲ ਬਿਲਕੁਲ ਸਭ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਕੀ ਦੀ ਹੈ ਭੀਲਜ਼ ਦੀ ਪੋਪੂਲੇਸ਼ਨ ਹੈ ਈਵਨ ਕਿ ਇਹਨਾਂ ਦੀ ਲੈਂਗੁਏਜ ਦੇ ਨੇਟਿਵ ਸਪੀਕਰਸ ਵੀ ਬਹੁਤ ਜ਼ਿਆਦਾ ਨੇ ਭੀਲਜ਼ ਠੀਕ ਹੈ ਜੀ ਅੱਗੇ ਚੱਲਿਆ ਨੈਕਸਟ ਵਿਚ ਵਨ ਅਮੰਗ ਦਾ ਫੋਲਿੰਗ ਪਾਸਿਸ ਕਨੈਕਟ ਲਹਾਸਾ ਵਿਦ ਲਦਾਖ ਹਾਂਜੀ ਚਾਰ ਪਾਸ ਨੇ ਆਪਣੇ ਕੋਲ ਇਹਨਾਂ ਪਾਸਾਂ ਦੇ ਵਿੱਚੋਂ ਕਿਹੜਾ ਪਾਸ ਲਹਾਸਾ ਨੂੰ ਕਨੈਕਟ ਕਰਦਾ ਲਦਾਖ ਦੇ ਨਾਲ ਹਾਂਜੀ ਖੈਬਰ ਪਾਸ ਬੁਰਜਿਲ ਪਾਸ ਬਾਬੂਸਰ ਪਾਸ ਜਾਂ ਲਨਕਲਾ ਪਾਸ ਕਿਹੜਾ ਪਾਸ ਹੈ ਜਿਹੜਾ ਕਨੈਕਟ ਕਰਦਾ ਖੈਬਰ ਬੁਰਜਿਲ ਬਾਬੂਸਰ ਜਾਂ ਲਨਕਲਾ ਬਿਲਕੁਲ ਦੂਜੀ ਗੌਂਦ ਆਨਸਰ ਕੀ ਆਪਣੇ ਕੋਲ ਲਾਨਕਲਾ ਅਕਸਾਈ ਚੀਨ ਵਾਲੇ ਏਰੀਆ ਦੇ ਵਿੱਚ ਪੈਂਦਾ ਹੈ ਲਾਨਕਲਾ ਇਜ਼ ਦਾ ਰਾਈਟ ਆਨਸਰ ਲਾਨਕਲਾ ਲਾਨਕਲਾ ਨੈਕਸਟ ਰੈੱਡ ਸੋਇਲ ਆਰ ਡੈਫੀਸ਼ੀਐਂਟ ਇਨ ਵਿਚ ਅਮੰਗ ਦਾ ਫੋਲੋਇੰਗ ਜਿਹੜੀ ਲਾਲ ਮਿੱਟੀ ਹੈ ਉਹ ਉਹਦੇ ਵਿੱਚ ਕਿਸ ਇਹਨਾਂ ਚੋਂ ਕਿਹੜੀ ਚੀਜ਼ ਦੀ ਘਾਟ ਹੁੰਦੀ ਹੈ ਨਾਈਟ੍ਰੋਜਨ ਦੀ ਪੋਟਾਸ਼ ਦੀ ਹਿਊਮਸ ਦੀ ਹੈ ਨਾ ਸਾਰੀ ਚੀਜ਼ਾਂ ਦੀ ਲਾਲ ਮਿੱਟੀ ਦੇ ਵਿੱਚ ਜਿਹੜੀ ਲਾਲ ਮਿੱਟੀ ਆ ਲਾਲ ਮਿੱਟੀ ਦੇ ਵਿੱਚ ਇਹਨਾਂ ਚੋ ਕਿਸ ਚੀਜ਼ ਦੀ ਘਾਟ ਹੁੰਦੀ ਆ ਨਾਈਟ੍ਰੋਜਨ ਦੀ ਪੋਟਾਸ਼ ਦੀ ਹਿਊਮਸ ਦੀ ਜਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਹਾਂਜੀ ਨਾਈਟ੍ਰੋਜਨ ਪੋਟਾਸ਼ ਹਿਊਮਸ ਤਿੱਬਤ ਵਿਦ ਲਦਾਖ ਚਾਂਗਲਾ ਬਿਲਕੁਲ ਜੀ ਬਿਲਕੁਲ ਹਾਂਜੀ ਨਾਈਟ੍ਰੋਜਨ ਪੋਟਾਸ਼ ਹਿਊਮਸ ਕਿਸ ਚੀਜ਼ ਦੀ ਕਮੀ ਹੁੰਦੀ ਹੈ ਲਾਲ ਮਿੱਟੀ ਦੇ ਵਿੱਚ ਆਨਸਰ ਕੀ ਆਪਣੇ ਕੋਲ ਡੀ ਸਾਰੀ ਚੀਜ਼ਾਂ ਦੀ ਰੈੱਡ ਸੋਇਲ ਦੇ ਵਿੱਚ ਨਾਈਟ੍ਰੋਜਨ ਪੋਟਾਸ਼ ਹਿਊਮਸ ਫਾਸਫੋਰਸ ਮੈਗਨੀਸ਼ੀਆ wheat ਤੇ cotton ਕਲਟੀਵੇਸ਼ਨ ਵਾਸਤੇ ਸਹੀ ਹੁੰਦੀ ਹੈ ਠੀਕ ਹੈ ਜੀ ਨੈਕਸਟ ਅ ਠੀਕ ਹੈ ਚਲੋ ਉਹ ਕੁਐਸਚਨ ਥੋੜਾ ਜਿਹਾ ਉਹਦੀ ਮੈਨੂੰ ਲੱਗਦਾ ਚਲੋ ਕੋਈ ਨਾ ਅਗਲੇ ਤੇ ਆ ਗਏ ਆਪਾਂ ਉਹਦਾ ਆਨਸਰ ਮੇਰੇ ਤੋਂ ਪਹਿਲਾਂ ਦਬੋ ਗਿਆ ਸੀਗਾ ਜਿਹੜਾ ਸੁਨਾਮੀ ਹੈ ਸੁਨਾਮੀ ਘਟ ਹੁੰਦਾ ਠੀਕ ਹੈ ਘਾਟ ਹੁੰਦੀ ਆ ਆਪਾਂ ਚੀਜ਼ਾਂ ਯੂਜ਼ ਕਰਕੇ ਉਹਨੂੰ ਕਰ ਦੰਨੇ ਆ ਪोटाਸ਼ ਦੀ ਕਮੀ ਪੂਰੀ ਬਟ ਨੇਚਰਲੀ ਨਹੀਂ ਹੁੰਦਾ ਹੈਗਾ ਵਿਚ ਆਫ دی ਫੋਲੋਇੰਗ ਫੈਕਟਰਸ ਕੈਨ ਕਾਜ਼ ਸੁਨਾਮੀ ਇਨ ਦਾ ਓਸ਼ਨ ਓਸ਼ਨ ਦੇ ਵਿੱਚ ਜਿਹੜੀ ਸੁਨਾਮੀ ਪੈਦਾ ਹੁੰਦੀ ਹੈ ਸੁਨਾਮੀ ਜਦੋਂ ਆਉਂਦੀ ਹੈ ਤਾਂ ਉਹ ਕਿਹੜੀ ਚੀਜ਼ ਇਹਨਾਂ ਚੋਂ ਕਿਹੜੀ ਵਜ੍ਹਾ ਬਣਦੀ ਹੈ ਅੰਡਰ ਸੀ ਅਰਥਕਵੇਕ ਵੋਲਕੈਨਿਕ ਇਰਪਸ਼ਨ ਮੈਟੇਓਰਾਈਟ ਸਟ੍ਰਾਈਕ ਜਾਂ ਅੰਡਰਵਾਟਰ ਲੈਂਡ ਸਲਾਈਡ ਇਹਨਾਂ ਚੋਂ ਕਿਹੜੀ ਵਜ੍ਹਾ ਬਣਦੀ ਹੈ ਜਿਹਦੇ ਕਰਕੇ ਸਮੁੰਦਰ ਦੇ ਵਿੱਚ ਤੂਫਾਨ ਆ ਜਿਹੜਾ ਸੁਨਾਮੀ ਹੈ ਉਹ ਆ ਜਾਂਦੀ ਹੈ ਹਾਂਜੀ ਕਿਉਂ ਜਿਹੜਾ ਥੱਲੇ ਆਪਣਾ ਸਮੁੰਦਰ ਦੇ ਵਿੱਚ ਅਰਥਕ ਵੇਕਾਂ ਦਾ ਉਹਦੇ ਕਰਕੇ ਜਾਂ ਵੋਲਕੇਨਿਕ ਇਰਪਸ਼ਨ ਕਰਕੇ ਜਾਂ ਮੈਟੇਓਰਾਈਟ ਸਟ੍ਰਾਈਕ ਕੋਈ ਉੱਪਰ ਤੋਂ ਚੀਜ਼ ਗਿਰਦੀ ਹੈ ਠੀਕ ਹੈ ਜਾਂ ਅੰਡਰ ਵੋਇਡ ਵਾਟਰ ਦੇ ਵਿੱਚ ਪਾਣੀ ਦੇ ਥੱਲੇ ਲੈਂਡਸਲਾਈਡ ਹੋ ਜਾਂਦੀ ਹੈ ਉਹਦੇ ਕਰਕੇ ਵੀ ਸੁਨਾਮੀ ਆ ਸਕਦੀ ਹੈ ਚਾਰ ਆਪਸ਼ਨਸ ਨੇ ਆਪਣੇ ਕੋਲ ਇਹਦਾ ਤੁਸੀਂ ਦੱਸਣਾ ਹੈ ਕਿ ਚਾਰ ਆਪਸ਼ਨਸ ਦੇ ਵਿੱਚੋਂ ਕਿਹਦੇ ਕਰਕੇ ਆਪਣੇ ਕੋਲ ਜਿਹੜੀ ਹੈ ਸੁਨਾਮੀ ਆਂਦੀ ਹੈ ਹਾਂਜੀ ਅਮਨ ਜੀ ਸੰਦੀਪ ਕੌਰ ਕੀ ਆਨਸਰ ਬਣਦਾ ਇਹਦਾ ਹਾਂਜੀ ਡੀ 1 2 3 4 ਠੀਕ ਹੈ ਜੀ ਸੰਦੀਪ ਕੌਰ ਡੀ ਬਿਲਕੁਲ ਇਹ ਚਾਰੇ ਚੀਜ਼ਾਂ ਦੀ وجہ ਤੋਂ ਕੀ ਆ ਆਪਣੇ ਸੁਨਾਮੀ ਆ ਸਕਦੀ ਹੈ ਠੀਕ ਹੈ ਜੀ ਦੋਸਤੋ ਇਹ ਸੀਗਾ ਤੁਹਾਡਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਆਪਾਂ 22 ਕੁਐਸਚਨ ਕੀਤੇ ਆ ਜੀਓਗ੍ਰਾਫੀ ਦੇ ਠੀਕ ਹੈ ਜੀਓਗ੍ਰਾਫੀ ਦੇ ਕੁਐਸਚਨ ਹੈ ਮੈਨੂੰ ਉਮੀਦ ਹੈ ਤੁਹਾਨੂੰ ਵਧੀਆ ਲੱਗੇ ਹੋਊਗੇ ਅੱਗੇ ਵੀ ਇਦਾਂ ਦੇ ਜਿਹੜੇ ਸੈਸ਼ਨ ਹੈ ਤੇ ਬਾਕੀ ਸਾਰੀ ਚੀਜ਼ਾਂ ਲੈ ਕੇ ਤੁਹਾਡੇ ਨਾਲ ਮਿਲਦੇ ਰਹਾਂਗੇ ਟੈਲੀਗ੍ਰਾਮ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਤੇ ਜੁੜੇ ਰਹੋ ਐਦਾਂ ਹੀ ਨਾਲ ਟੈਲੀਗ੍ਰਾਮ ਤੇ ਤੁਹਾਡੇ ਕੋਲ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਉਂਦੀ ਹੈ ਹਰ ਇੱਕ ਚੀਜ਼ ਦੀ ਉਹ ਵੀ ਤੁਸੀਂ ਰੈਗੂਲਰ ਦੇਖਦੇ ਰਹੋ ਠੀਕ ਹੈ ਜੀ ਧੰਨਵਾਦ ਦੋਸਤੋ ਥੈਂਕ ਯੂ ਸੋ ਮਚ ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ ਸ਼ੁਕਰੀਆ ਹਾਂ ਜੀ 20 ਤੋਂ 21 ਕੁਐਸਚਨ ਕਰਦੇ ਹੁੰਦੇ ਆ ਨਾ ਸੈਸ਼ਨਸ ਦੇ ਵਿੱਚ ਆਪਾਂ ਜਿੰਨਾ ਕ ਆਪਣੇ ਕੋਲ ਸਮਾਂ ਹੁੰਦਾ ਠੀਕ ਹੈ ਜੀ ਟਾਈਮ ਬਦਾਣਾ ਪਏਗਾ ਕੋਈ ਨਹੀਂ ਕੁਐਸਚਨ ਤਾਂ ਤੁਹਾਨੂੰ ਆਪਾਂ ਸੈਸ਼ਨ ਸਾਰਿਆਂ ਦੇ ਵਿੱਚ ਵਧੀ ਜਾਂਦੇ ਨੇ ਨਾ ਥੋੜੇ ਥੋੜੇ ਕੁਐਸਚਨ ਕਰਕੇ ਕਰੀ ਜਾਂਦੇ ਆ ਕੋਈ ਨਹੀਂ ਉਹਦੇ ਉੱਪਰ ਵੀ ਦੇਖਾਂਗੇ ਵੱਧ ਵੀ ਲਿਆਵਾਂਗੇ ਕੁਐਸਚਨ ਡੋਨਟ ਵਰੀ ਠੀਕ ਹੈ ਜੀ ਚਲੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਅਮਨ ਜੀ ਥੈਂਕ ਯੂ ਥੈਂਕ ਯੂ ਜੀ ਸੰਦੀਪ ਜੀ